ਇਨਸਾਨ ਕਿਉਂ ਦੌੜਦਾ ਰਹਿੰਦਾ, ਮੈਨੂੰ ਆਹ ਮਿਲ ਜਾਵੇ, ਉਹ ਮਿਲ ਜਾਵੇ, ਗੱਡੀਆਂ ਮਿਲ ਜਾਵੇ, ਮਕਾਨ ਮਿਲ ਜਾਵੇ, ਪੈਸਾ ਮਿਲ ਜਾਵੇ, ਜ਼ਮੀਨਾਂ ਮਿਲ ਜਾਵੇ, ਜਾਇਦਾਦਾਂ ਮਿਲ ਜਾਵੇ, ਹੈ ਨਾ? ਭੱਜਦਾ ਰਹਿੰਦਾ, ਭੱਜਦਾ ਰਹਿੰਦਾ, ਭੱਜਦਾ ਰਹਿੰਦਾ, ਬਟ ਮਿਲਦਾ ਉਹਨੂੰ ਉਹੀ ਹੈ ਜੋ ਉਹਦੇ ਭਾਗਾਂ ਵਿੱਚ ਹੁੰਦਾ। ਉਹ ਨਾ ਮਤਲਬ ਇੱਦਾਂ ਮਿਲਦੇ ਮਿਲਦਿਆਂ ਦੇ ਚੱਕਰ ਵਿੱਚ ਉਹ ਕਿਸੇ ਦਾ ਹੱਕ ਵੀ ਮਾਰ ਦਿੰਦਾ, ਅਤੇ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕਿਸੇ ਦਾ ਹੱਕ ਮਾਰ ਰਿਹਾ ਹੈ। ਪਰ ਤਾਂ ਹੀ ਤਾਂ ਕਹਿੰਦੇ ਆ ਨਾ, ਕਦੇ ਕਿਸੇ ਦਾ ਬੁਰਾ ਨਾ ਕਰੋ, ਕਿਸੇ ਕਦੇ ਗਰੀਬ ਦੀ ਹਾਏ ਨਾ ਲਓ, ਔਰ ਕਿਸੇ ਦਾ ਹੱਕ ਮਾਰਨਾ ਤਾਂ ਸਭ ਤੋਂ ਵੱਡਾ ਗੁਨਾਹ ਹੈ। ਉਹਦੀ ਰਸਾ ਵਿੱਚ ਤਾਂ ਨਾ ਇੱਕ ਪੱਤਾ ਵੀ ਨਹੀਂ ਹਿੱਲਦਾ ਹੈਗਾ। ਅਤੇ ਇਨਸਾਨ ਸੋਚਦਾ ਕਿ ਸਾਰਾ ਕੁਛ ਮੈਂ ਕਰਦਾ, ਮੈਂ ਕਰਦਾ, ਮੈਂ ਕਰਦਾ, ਜਦਕਿ ਇਨਸਾਨ ਕੁਛ ਨਹੀਂ ਕਰਦਾ, ਜੋ ਕਰਦਾ ਉਹ ਉੱਪਰ ਮਾਲਕ ਕਰਦਾ ਬੈਠਾ। ਰੱਬ ਮਤਲਬ ਸਭ ਨੂੰ ਦਿੰਦਾ ਰੱਬ, ਬਸ ਰੱਬ ਦਾ ਦੇਣ ਦਾ ਤਰੀਕਾ ਥੋੜ੍ਹਾ ਹੋਰ ਹੁੰਦਾ ਹੈ। ਅਤੇ ਇਨਸਾਨ ਇਹ ਸੋਚਦਾ ਹੈ ਕਿ ਸਾਰਾ ਕੁਛ ਮੈਂ ਕਰਦਾ, ਕਿ ਮੈਂ ਹੀ ਰੱਬ ਹੈ, ਕਿ ਮੇਰੇ ਅੱਗੇ ਕੁਛ ਹੋਰ ਹੈ ਹੀ ਨਹੀਂ। ਕਿ ਉਹ ਆਪਣੇ ਮਤਲਬ ਇੰਨੀ ਜ਼ਿਆਦਾ ਆਪਣੇ ਆਪ ਵਿੱਚ ਖੋ ਜਾਂਦਾ ਨਾ ਕਿ ਦੂਜੇ ਬੰਦੇ ਨੂੰ ਉਹ ਟੇਚੀ ਸਮਝਦਾ। ਪਰ ਮਿਲਦਾ ਉਹੀ ਹੈ ਜੋ ਭਾਗਾਂ 'ਚ ਹੁੰਦਾ, ਕਿਉਂਕਿ ਬਿਨਾਂ ਕਰਮਾਂ ਭਾਗਾਂ ਤੋਂ ਕੁਛ ਨਹੀਂ ਮਿਲਦਾ ਇੱਥੇ। ਤਾਂ ਦੋਸਤੋ, ਵੀਡੀਓ ਤੁਹਾਨੂੰ ਚੰਗੀ ਲੱਗੀ, ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ, ਥੋੜ੍ਹੀ ਜਿਹਾ ਵੀ ਤੁਹਾਨੂੰ ਅਗਰ ਵਧੀਆ ਲੱਗਿਆ ਹੋਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਚਲੋ, ਅਸੀਂ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ। ਤਦ ਤੱਕ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।